ਸ਼੍ਰੀ ਮੁਕਤਸਰ ਸਾਹਿਬ ਦੀ ਸਬ ਡਿਵੀਜ਼ਨ ਗਿੱਦੜਬਾਹਾ ਦੇ ਤੌਲਾ ਤੋਂ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ 40 ਸਾਲਾ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਉਸ ਪਿੰਡ ਦੇ ਲੋਕ ਉਸ ਦੀਆਂ ਹਰਕਤਾਂ ਕਾਰਨ ਬਹੁਤ ਪਰੇਸ਼ਾਨ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੂੰ ਆਪਣੇ ਰਹਿਣ ਸਹਿਣ ਸੰਬੰਧੀ ਵੀ ਕੋਈ ਸੂਝ ਨਹੀਂ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਇੱਕ ਕਮਰੇ ਵਿੱਚ ਇਕੱਲਾ ਰਹਿੰਦਾ ਅਤੇ ਪਿੰਡ ਵਾਸੀ ਉਸ ਨੂੰ ਰੋਟੀ ਪਾਣੀ ਦਿੰਦੇ ਹਨ, ਪਰ ਉਹ ਵਿਅਕਤੀ ਪਿੰਡ ਵਾਸੀਆਂ ਦੇ ਪੱਥਰ ਮਾਰਦਾ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਨਾਲ ਹੀ ਉਹਨਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਸ ਨੌਜਵਾਨ ਦਾ ਜਲਦ ਤੋਂ ਜਲਦ ਇਲਾਜ ਕੀਤਾ ਜਾਵੇ ਤੇ ਉਧਰ ਇਸ ਮਾਮਲੇ ਨੂੰ ਲੈ ਕੇ ਉਪ ਮੰਡਲ ਮੈਜਿਸਟ੍ਰੇਟ ਓਮ ਪ੍ਰਕਾਸ਼ ਦਾ ਕਹਿਣਾ ਕਿ ਇਸ ਮੁਸ਼ਕਲ ਦਾ ਜਲਦ ਹੀ ਨਿਵਾਰਨ ਕੀਤਾ ਜਾਵੇਗਾ। ਇਹ ਦੇਖੋ ਜੀ, ਇਹਦਾ ਮਾਂ ਪਿਓ ਗੁਜ਼ਰ ਗਿਆ ਸੀ, ਉਦੋਂ ਬਾਅਦ ਇਹ ਹੌਲੀ ਹੌਲੀ ਐਂ ਹੁੰਦਾ ਹੁੰਦਾ ਹੋ ਗਿਆ, ਪਹਿਲਾਂ ਕੰਮ ਕਰਦਾ ਸੀ, ਹੁਣ ਸਾਨੂੰ ਇਹਦੀ ਬਹੁਤ ਪਰੇਸ਼ਾਨੀ ਹੈ, ਕਿਉਂ ਅਸੀਂ ਇਹੋ ਦੇ ਚਾਚੇ ਤਾਂ ਆਏ ਹਾਂ, ਮਾਂ ਵੀ ਗੁਜ਼ਰੀ ਪਿਓ ਵੀ ਗੁਜ਼ਰ ਗਿਆ, ਤੁਸੀਂ ਬਥੇਰਾ ਸੰਭਾਲਦੇ ਹੋ ਜਿੰਨਾ ਕੁ, ਪਰ ਇਹ ਲੋਕਾਂ ਨੂੰ ਤੰਗ ਕਰਦਾ, ਡਲੇ ਮਾਰਦਾ ਹੈ, ਲੜਕੀਆਂ ਬੀਬੀਆਂ ਸਕੂਲੋਂ ਆਉਂਦੀਆਂ ਉਹਨਾਂ ਨੂੰ ਜੀ ਤੰਗ ਕਰਦਾ, ਅਤੇ ਇਸ ਦਾ ਮਿਹਰਬਾਨੀ ਕਰਕੇ ਕੋਈ ਨਾ ਕੋਈ ਇਹਦਾ ਹੱਲ। ਰੋਟੀ ਪਾਣੀ ਦਾ ਕੀ ਸਥਿਤੀ ਹੈਗੀ? ਰੋਟੀ ਪਾਣੀ ਦਾ ਜੀ, ਰੋਟੀ ਪਾਣੀ ਦਾ ਜੀ ਸਾਰੇ ਪਿੰਡ 'ਚੋਂ ਹੀ ਖਾਂਦਾ, ਅਸੀਂ ਵੀ ਦਿੰਦੇ ਹਾਂ ਜਿੰਨੇ ਕੁ ਸਾਡੀ ਬਣਦੀ ਹੈ, ਇਹਦੇ ਜੀ ਸਾਂਭ ਸੰਭਾਲ ਨੂੰ ਜਮਾ ਨਹੀਂ, ਨਾ ਤਾਂ ਲੀੜਾ ਜਿਹੜਾ ਪਾ ਦਿੰਦੇ ਹਾਂ ਜਦੋਂ ਬੇਕਾਰ ਹੋ ਜਾਂਦਾ ਉਦੋਂ ਲਾਉਂਦੇ ਆ, ਕੋਈ ਹਾਲ ਨਹੀਂ। ਦੇਖੋ ਜੀ, ਅਸੀਂ ਤਾਂ ਇਹ ਕਰਦੇ ਹਾਂ ਵੀ ਜੇ ਤਾਂ ਇਲਾਜ ਹੁੰਦਾ ਤਾਂ ਉਹ ਹੋ ਜੇ, ਅਤੇ ਨਹੀਂ ਇਹਨੂੰ ਤਾਂ ਕਿਸੇ ਪਾਗਲਖਾਨੇ ਛੱਡੇ, ਅਸੀਂ ਤਾਂ ਇੰਨੇ ਦੇ ਤੰਗ ਆਏ ਖੜੇ। ਇਹ ਜੀ ਬੱਚਿਆਂ ਦੇ ਵੀ ਡਲੇ ਮਾਰਦਾ, ਬੁੜੀਆਂ ਦੇ ਵੀ ਮਾਰਦਾ, ਕਈ ਵਾਰੀ ਤਾਂ ਸਿਆਣੇ ਬੰਦਿਆਂ ਦੇ ਵੀ ਮਾਰਦਾ ਜੀ, ਅਤੇ ਬਹੁਤ ਇਹਦਾ ਦਿੱਕਤ ਹੈ ਵੀ ਕੋਈ ਇਹਨੂੰ ਆਪ ਨੂੰ ਕੋਈ ਸਮਝ ਹੈ ਨਹੀਂ, ਇਹ ਗਰੀਬ ਪਰਿਵਾਰ ਹੀ ਹੈ ਵੀ ਆਪਦਾ ਮਿਹਨਤ ਮਨਜ਼ੂਰੀ ਕਰਕੇ ਹੀ ਦੂਜਾ ਕਮਾਉਂਦੇ, ਇਹਦੇ ਚਾਚੇ ਤਾਏ ਆਪਦੇ ਦਾਦਾ ਮਾਂ ਪਿਓ ਦਾ ਗੁਜ਼ਰਿਆ ਹੋਇਆ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਅਸੀਂ ਤਾਂ ਸਰਕਾਰ ਤੋਂ ਕਹਿੰਦੇ ਹਾਂ ਵੀ ਜਾਂ ਤਾਂ ਇਹਦਾ ਇਲਾਜ ਹੋਵੇ ਜਾਂ ਕੋਈ ਇਹਦਾ ਹੱਲ ਹੋਵੇ। ਇਹ 25-30 ਸਾਲ ਹੋ ਗਏ ਜੀ, 30 ਸਾਲ ਦਾ ਬਿਮਾਰ ਹੀ ਹੈ, ਮਤਲਬ ਇਹ ਬਹੁਤ ਸਾਨੂੰ ਖਤਰਾ ਜੀ, ਬੱਚਿਆਂ ਨੂੰ ਕੁੱਟਦਾ ਹੈ, ਡਲਾ ਮਾਰਦਾ, ਹੋਰ ਵੀ ਬਹੁਤ ਬਦਮਾਸ਼ੀਆਂ ਕਰਦਾ ਜੀ, ਵੀ ਇਹਦਾ ਕੋਈ ਇਲਾਜ ਹੋਵੇ ਜਾਂ ਇਹਨੂੰ ਅੰਮ੍ਰਿਤਸਰ ਲਿਆ ਜਾਵੇ। ਪਰਿਵਾਰ ਵਾ ਤਾਂ ਹੈਗਾ ਜੀ, ਪਰ ਇਹ ਕਿਸੇ ਦੇ ਆਖੇ ਨਹੀਂ ਲੱਗਦਾ ਜੀ, ਪਰਿਵਾਰ ਤਾਂ ਹੈਗਾ ਜੀ ਪਰ ਉਹ ਕਿਸੇ ਦੇ ਆਖੇ ਨਹੀਂ ਲੱਗਦਾ, ਇਹ ਆਪਦੀ ਮਰਜ਼ੀ ਕਰਦਾ। ਅਸੀਂ ਜਾਣੇ ਸਰ ਪਰਿਵਾਰ ਹੀ ਨਾਲ, ਸਾਡੇ ਸਾਰੀ ਪੰਚਾਇਤ ਅਸੀਂ ਲਿਖ ਕੇ ਦੇਵਾਂਗੇ ਵੀ ਇਹਦਾ ਸਰਕਾਰ ਵੱਲੋਂ ਕੋਈ ਇਹਦਾ ਇਲਾਜ ਹੋਵੇ ਜਾਂ ਇਹਨੂੰ ਮਤਲਬ ਅੰਮ੍ਰਿਤਸਰ ਹਸਪਤਾਲ 'ਚ ਲਿਆ ਜਾਵੇ ਜਾਂ ਕਿ ਉਹਨੂੰ ਕਿਸੇ ਮਾਤਾ ਪਿਤਾ ਦਾ ਕੋਈ ਮਾਤਾ ਪਿਤਾ ਹੈ ਨਹੀਂ ਜੀ, ਇਹਦੇ ਕੋਈ ਭਰਾ ਭਰੂ ਇਹਦੇ ਸਕਾ ਕੋਈ ਹੈਗਾ ਮਾਂ ਪਿਓ ਨੂੰ? ਨਹੀਂ, ਇਹਦਾ ਇਹਦਾ ਹੈ ਨਹੀਂ ਕੋਈ, ਚਾਚੇ ਤਾਂ ਹੈਗੇ ਜੀ, ਇਹਦਾ ਆਪਦਾ ਹੈ ਨਹੀਂ। ਇਹ ਮਾਮਲਾ ਮੇਰੇ ਪਹਿਲਾਂ ਵੀ ਇੱਕ ਦਿਨ ਧਿਆਨ 'ਚ ਆਇਆ ਸੀਗਾ, ਪਰੰਤੂ ਉਸ ਦਿਨ ਪਿੰਡ ਦੀ ਕਨਫਿਊਜ਼ਨ ਸੀ, ਪਿੰਡ ਮੈਂ ਦੌਲਾ ਸਮਝ ਗਿਆ, ਉਹਨੇ ਵੀ ਸ਼ਾਇਦ ਦੌਲਾ ਹੀ ਗਿਆ, ਮੈਨੂੰ ਕਲੀਅਰ ਨਹੀਂ ਹੈਗਾ। ਹੁਣ ਅੱਜ ਤੁਸੀਂ ਦੁਬਾਰਾ ਧਿਆਨ 'ਚ ਲਿਆਂਦਾ, ਇਹ ਅਸੀਂ ਇਹਦੀ ਵਿਜਿਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਹਿੰਦਾ ਵਿਜਿਟ ਕਰਕੇ ਆਉਣਗੇ, ਉਸ ਤੋਂ ਬਾਅਦ ਅਸੀਂ NGO ਵਗੈਰਾ ਨਾਲ ਤਾਲਮੇਲ ਕਰਕੇ ਕੋਈ ਇਹਦਾ ਹੱਲ ਲੱਭਾਂਗੇ।